ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨਿੱਜਰ ਹੈਗਾ ਅਤੇ ਮੈਂ ਪੰਡੋਰੀ ਨਿੱਜਰਾਂ ਦਾ ਜੱਟ ਹੈਗਾ ਅਤੇ ਬਾਣੀ ਅਤੇ ਸਿੱਖ ਕ੍ਰਿਸਚੈਨਿਟੀ ਅਤੇ ਇਸਲਾਮ ਦਾ ਪ੍ਰਚਾਰ ਕਰਦਾ ਹੈਗਾ ਅਤੇ ਆਪਣੀ ਜਾਤੀ ਦੀ ਅਪਮਾਨ ਨਹੀਂ ਕਰੀਦਾ ਹੈਗਾ, ਹਉਮੈ ਨਹੀਂ ਕਰੀਦੀ। ਇਹ ਜਨਮ ਮੈਨੂੰ ਅਕਾਲ ਪੁਰਖ ਨੇ ਦਿੱਤਾ, ਮੈਂ ਆਪ ਨਹੀਂ ਲਿਆ ਜੱਟਾਂ ਦੇ ਘਰ, ਅਤੇ ਇਸ ਕਰਕੇ ਕੋਈ ਜਾਤ ਉੱਚੀ ਨਹੀਂ ਹੁੰਦੀ, ਕੋਈ ਨੀਵੀਂ ਨਹੀਂ ਹੁੰਦੀ, ਇਹ ਸਭ ਆਪਣੇ ਹਉਮੈ ਦੀਆਂ ਗੱਲਾਂ ਨੇ। ਕੋੜੀ ਤੇਜਨ ਦੇ ਰਾਮ ਉਪਾਇਆ ਰਾਮ, ਇਹ ਜਿਹੜੀ ਹੈਗੀ ਸਰੀਰ ਘੋੜੀ ਹੈਗੀ, ਇਹ ਦੇ ਰਾਮ ਨੇ ਬਣਾਈ ਹੈਗੀ, ਰਾਮ ਉਪਾਇਆ ਰਾਮ, ਇਹ ਮਿੱਟੀ ਹੈਗੀ ਨਾ ਆਪਣੀ, ਤੇ ਇਹਦੇ ਚ ਰਾਮ ਹੈਗਾ ਨਾ ਜਿਹੜਾ ਰਮ ਰਿਹਾ, ਉਹਨੇ ਫਿਰ ਇਹ ਉਪਾਈ ਕੀਤੀ, ਇਹਨੂੰ ਜਿੰਦਾ ਕੀਤਾ। ਜਿਤ ਹਰ ਪ੍ਰਭ ਜਾਪੇ, ਜਿਹੜਾ ਆਦਮੀ ਪ੍ਰਭ ਨੂੰ ਜਪਦਾ ਹੈਗਾ, ਸਾ ਧਨ ਧਨ ਤੁਖਾਇਆ ਰਾਮ, ਜਿਹੜਾ ਆਪਣੇ ਪ੍ਰਭ ਨੂੰ ਜਪਦਾ ਨਾ, ਉਹ ਬਹੁਤ ਵੱਡਾ ਧਨ, ਸਾ ਧਨ ਧਨ ਤੁਖਾਇਆ ਰਾਮ, ਉਹ ਘੋੜੀ ਜਾਂ ਉਹ ਸਰੀਰ ਬੜਾ ਭਾਗਾਂ ਵਾਲਾ ਹੈਗਾ, ਉਹ ਬਹੁਤ ਧਨ ਹੈਗਾ ਉਹਦੇ ਕੋਲ, ਜਿਹੜਾ ਹੈਗਾ ਧਨ ਅਕਾਲ ਪੁਰਖ ਦਾ ਧਨ, ਗੋਸਪਲ ਟ੍ਰੇਅਰਸ। ਜਿਤ ਹਰ ਪ੍ਰਭ ਜਾਪੇ ਸਾ ਧਨ ਸਾਬਾਸ਼ੇ, ਜਿਤ ਹਰ ਪ੍ਰਭ ਜਾਪੇ, ਜਿਹੜਾ ਵੀ ਆਦਮੀ ਪ੍ਰਭੂ ਨੂੰ ਯਾਦ ਕਰਦਾ ਹੈਗਾ, ਜਪਦਾ ਹੈਗਾ ਉਹਦਾ ਨਾਮ, ਸਾ ਧਨ ਸਾਬਾਸ਼ੇ, ਉਹ ਧਨ ਜਿਹੜਾ ਹੈਗਾ ਜਿਹੜਾ ਆਦਮੀ ਹਾਸਲ ਕਰਦਾ, ਉਹਦੀ ਬਹੁਤ ਸ਼ਾਬਾਸ਼ ਵਡਿਆਈ ਹੈ। ਤੁਰ ਪਾਇਆ ਕਿਰਤ ਜੁੜਿੰਦਾ, ਤੁਰ ਪਾਇਆ, ਤੁਰ ਮਸਤਕ ਵਿੱਚ ਜੇ ਲਿਖਿਆ ਆਇਆ ਸੀ ਤਦ ਪਾਇਆ, ਯਾਨੀ ਕਿ ਜਿਹਦੇ ਮਸਤਕ ਵਿੱਚ ਲਿਖਿਆ ਹੈਗਾ ਉਹੀ ਇਹ ਚੀਜ਼ ਅਕਾਲ ਪੁਰਖ ਤੋਂ ਪਾਉਂਦਾ ਹੈਗਾ। ਪ੍ਰੀ ਡੈਸਟੀਨੇਸ਼ਨ, ਪ੍ਰੀ ਡੈਸਟਿਨਡ ਆਫ ਆਵਰ ਫਾਦਰ, ਓਨਲੀ ਦੋਜ਼ ਹੂ ਗੈਟ ਗ੍ਰੇਸ, ਉਹਦੀ ਨਜ਼ਰ 'ਤੇ ਹੈਗਾ, ਉਹ ਜਿਹੜੀ ਨਜ਼ਰ ਹੈਗੀ ਉਹ ਜੇ ਤੁਰ ਲਿਖਿਆ ਤੁਹਾਡੇ ਮਸਤਕ ਵਿੱਚ ਤਦ ਮਿਲੇਗੀ ਨਜ਼ਰ। ਕਿਰਤ ਜਿੰਦੜੇ ਆ, ਜੇ ਪਿਛਲੇ ਕਰਮਾਂ ਦੇ ਵਿੱਚ ਫਲ ਹੈਗੇ ਨੇ ਤਦ ਸਤਿਗੁਰੂ ਮਿਲਦਾ ਹੈਗਾ, ਕਰਮ ਹੋਣ ਤਾਂ ਫਲ ਸਤਿਗੁਰੂ ਪਾਈਏ, ਸਤਿਗੁਰੂ ਪਾਉਣ ਨਾਲ ਇਹ ਫਿਰ ਸਤਿਗੁਰੂ ਅੰਦਰ ਹੈਗਾ, ਬਾਹਰ ਨਹੀਂ ਹੈਗਾ, ਸਤਿਗੁਰੂ ਹੈਗਾ ਸਤ ਦਾ ਗੁਰ ਜਾਣਨ ਵਾਲਾ, ਸੱਤ ਦਾ ਢੰਗ ਜਾਣਨ ਵਾਲਾ, ਉਹ ਤੁਹਾਡੇ ਲੋਜੀਕਲ ਰੀਜਨਿੰਗ ਹੈਗੀ, ਉਹ ਤੁਹਾਡੇ ਅੰਦਰ ਹੀ ਦਿਲ ਧੁੱਪ ਜੰਮਦੀ ਹੈਗੀ, ਬਾਹਰੋਂ ਨਹੀਂ ਕੋਈ ਉਹਨੂੰ ਕੋਈ ਲੈ ਸਕਦਾ। ਇਸ ਕਰਕੇ ਸਤਿਗੁਰੂ ਦੀਆਂ ਗੱਲਾਂ ਸਤਿਗੁਰੂ ਹੀ ਜਾਣੇ, ਜੇ ਤੁਹਾਡੇ ਅੰਦਰ ਸਤਿਗੁਰੂ ਹੈਗਾ ਤਦ ਤੁਸੀਂ ਸਤਿਗੁਰੂ ਨਾਨਕ ਦੇਵ ਜੀ ਦੀਆਂ ਬਾਣੀ ਸਮਝ ਸਕਦੇ ਹਾਂ, ਨਹੀਂ ਤਾਂ ਨਹੀਂ। ਚੜ੍ਹ ਦੇਹੜ ਦਿਹੜੇ ਘੋੜੀ ਬਿਖਮ ਲੰਘਾਏ, ਮਿਲ ਗੁਰਮੁਖ ਪਰਮਾਨੰਦਾ। ਚੜ੍ਹ ਦਿਹੜੀ ਜਿਹੜੀ ਹੈਗੀ ਨਾ, ਦੇਹ ਦੀ ਜਿਹੜੀ ਹੈਗੀ ਉਹ ਘੋੜੀ, ਇਹਦੇ 'ਤੇ ਚੜ੍ਹ ਕੇ ਨਾ
ਬਿਖਮ ਲੰਘਾਏ ਔਖਾ ਵੇਲਾ ਲੰਘਾਉਂਦੀ ਹੈਗੀ। ਮਿਲ ਗੁਰਮੁਖ ਪਰਮਾਨੰਦ, ਜਦੋਂ ਤੁਸੀਂ ਗੁਰਮੁਖ ਬਣ ਜਾਂਦੇ, ਗੁਰਮੁਖ ਉਹ ਹੁੰਦਾ ਜਿਹਨੇ ਮਨ ਜਿੱਤਿਆ ਹੋਵੇ। ਇਹ ਗੁਰਮੁਖ ਹੈਗਾ ਗੁਰ ਢੰਗ, ਮੁੱਖ ਹੈਗਾ ਮੂੰਹ ਜਿਹੜਾ ਢੰਗ ਨਾਲ ਪ੍ਰਚਾਰ ਕਰੇ। ਗੁਰਮੁਖ ਜਿਹੜਾ ਹੈਗਾ ਉਹ ਪ੍ਰਚਾਰ ਕਰਦਾ ਹੈਗਾ, ਜਿਹੜਾ ਸਨਮੁਖ ਹੈਗਾ ਉਹ ਪ੍ਰਚਾਰ ਨਹੀਂ ਕਰਦਾ, ਉਹ ਸੁਣਦਾ ਹੈਗਾ। ਉਹ ਸੁਣਦਾ ਤੇ ਇਹ ਉਹਨੂੰ ਹੁੰਦਾ ਸ਼ੱਕ ਹੁੰਦਾ ਵੀ ਪਤਾ ਨਹੀਂ ਠੀਕ ਹੈਗਾ ਕਿ ਗਲਤ ਹੈਗਾ। ਜਿਹੜਾ ਗੁਰਮੁਖ ਹੁੰਦਾ ਉਹਨੂੰ ਬਿਲਕੁਲ ਕੋਈ ਸ਼ੱਕ ਨਹੀਂ ਹੁੰਦਾ, ਉਹ ਸੀਲਡ ਟੂ ਸਰਵ ਗੋਡ ਹੈਗਾ। ਅਤੇ ਉਹ ਫਿਰ ਆਪਣੇ ਬੜੇ ਹੌਸਲੇ ਨਾਲ ਅਤੇ ਬੜੇ ਅਥੋਰਿਟੀ ਨਾਲ ਉਹ ਪ੍ਰਚਾਰ ਕਰਦਾ ਹੈਗਾ, ਕਿ ਉਹਨੇ ਸਮਝ ਲਿਆ ਨਾ ਗੁਰ ਦੇ ਰਾਹੀਂ, ਢੰਗ ਦੇ ਰਾਹੀਂ, ਲੋਜੀਕਲ ਰੀਜਨਿੰਗ ਰਾਹੀਂ। ਲੋਜੀਕਲ ਰੀਜਨਿੰਗ ਦੇ ਰਾਹੀਂ ਜਿਹੜਾ ਪਾਈ ਹੈ ਚੀਜ਼, ਉਹਨੂੰ ਕਹਿੰਦੇ ਲੋਗੋਸ। ਲੋਗੋਸ ਹੀ ਹੈਗਾ ਹਿਸ ਵਰਡ, ਨਾਮ ਹੈਗਾ ਲੋਗੋ। ਹਰ ਹਰ ਕਾਜ ਰਚਾਇਆ, ਹਰ ਹਰ ਨੇ ਅਕਾਲ ਪੁਰਖ ਨੇ ਕਾਜ ਰਚਾਇਆ ਹੈਗਾ। ਪੂਰੇ ਮਿਲੇ ਸੰਤ ਜਨਾ ਜਨ ਆਈ, ਇਹ ਜਿਹੜਾ ਕਾਜ ਰਚਾਇਆ ਅਕਾਲ ਪੁਰਖ ਨੇ ਰਚਾਇਆ ਹੈਗਾ। ਘੋੜੀ ਬਣਾਈ ਤੁਹਾਨੂੰ, ਜਿਸਮ ਦਿੱਤਾ, ਮੂੰਹ ਮੂੰਹ ਬੋਲਣ ਨੂੰ ਦਿੱਤਾ, ਕੰਨ ਸੁਣਨ ਨੂੰ ਦਿੱਤੇ, ਅਤੇ ਇਹ ਜਿਹੜਾ ਹੈਗਾ ਵੀ ਜਦੋਂ ਤੁਸੀਂ ਮੂੰਹ ਤੋਂ ਬੋਲੋਗੇ ਤਾਂ ਉਹਦੇ ਖਜ਼ਾਨੇ ਇਕੱਠੇ ਕਰੋਗੇ, ਜਦੋਂ ਖਜ਼ਾਨੇ ਇਕੱਠੇ ਕਰੋਗੇ ਤਾਂ ਫਿਰ ਤੁਹਾਨੂੰ ਉਹ ਅਕਾਲ ਪੁਰਖ ਨਾਲ ਪ੍ਰੇਮ ਹੋਏਗਾ। ਪ੍ਰੇਮ ਹੋਏਗਾ ਤਾਂ ਤੁਹਾਨੂੰ ਉਹ ਬੁਲਾਏਗਾ, ਆ ਜਾ ਵੀ ਹੁਣ ਸ਼ਾਦੀ ਕਰੀਏ। ਅਤੇ ਇਹ ਹੋਏਗਾ ਪੂਰਾ ਜਦੋਂ ਹੋ ਜਾਂਦਾ, ਆਦਮੀ ਚੌਥੇ ਪਦ 'ਚ ਲੈ ਜਾਂਦਾ ਆਦਮੀ ਨੂੰ ਖਿੱਚ ਕੇ। ਜਿੱਦਾਂ ਹੈ ਨਾ ਸਤਿਗੁਰੂ ਰਾਮਦਾਸ ਜੀ ਨੇ ਕਿਹਾ ਨਾ, ਇਹ ਸਾਰਾ ਕੰਮ ਕਰੀਏ ਤੇ ਪਾਈਏ ਪ੍ਰਭ ਅਵਿਨਾਸ਼ੀ। ਸਤਿਗੁਰੂ ਅਰਜਨ ਦੇਵ ਜੀ ਨੇ ਪ੍ਰਭ ਅਵਿਨਾਸ਼ੀ ਪਾਇਆ ਸੀ ਨਾ, ਚਿੱਤ ਬਿਰਤੀ ਦੇ ਸਿੱਖ ਬਣੇ ਨਾ। ਇਸ ਤਰ੍ਹਾਂ ਹੀ ਇਹ ਹੈਗਾ। ਹੁਣ ਦੱਸਦੇ, ਹਰ ਹਰ ਕਾਜ ਰਚਾਇਆ, ਪੂਰੇ ਮਿਲ ਸੰਤ ਜਨਾ ਜਨ ਆਈ। ਪੂਰੇ ਮਿਲ, ਪੂਰੇ ਜਿਹੜੇ ਨਾ ਹੈਗਾ ਵੀ ਆਪ ਪੂਰਾ ਜਿਹੜਾ ਸਤਿਗੁਰੂ ਹੈਗਾ ਨਾ ਅੰਦਰ ਤੁਹਾਡੇ ਬੈਠਾ ਨਾ। ਜੇ ਅੰਦਰ ਸਤਿਗੁਰੂ ਨਹੀਂ ਹੈਗਾ ਤਾਂ ਤੁਹਾਡੀ ਬਾਣੀ ਨਹੀਂ ਸਮਝ ਪੈਣੀ। ਤਦੇ ਇਸ ਟੀ ਸ਼ਰਟ 'ਤੇ ਲਿਖਿਆ, ਨੋ ਕ੍ਰਾਈਸਟ ਇਨ ਯੋਰ ਹਾਰਟ ਨੋ ਗੋਸਪਲ। ਕ੍ਰਾਈਸਟ ਨੂੰ ਸਤਿਗੁਰੂ ਕਹੀਦਾ ਨਾ, ਅਤੇ ਇਸ ਕਰਕੇ ਜਿੰਨਾ ਚਿਰ ਤੁਹਾਡੇ ਕ੍ਰਾਈਸਟ ਨਹੀਂ ਨਾ ਅੰਦਰ ਆਉਂਦਾ ਜਾਂ ਸਤਿਗੁਰੂ ਨਹੀਂ ਅੰਦਰ ਆਉਂਦਾ, ਤੁਸੀਂ ਸਾਧੂਆਂ ਦੀ ਸੰਗਤ ਜਿਹੜੀ ਹੁੰਦੀ ਨਾ, ਪੂਰੇ ਮਿਲ ਪੂਰੇ ਹੁੰਦੇ ਨੇ ਸਾਧੂ ਜਿਹੜੇ ਹੁੰਦੇ ਨੇ, ਜਿਹਨਾਂ ਨੇ ਮਾਇਆ ਤਿਆਗੀ ਹੁੰਦੀ ਹੈਗੀ, ਉਹਨਾਂ ਦੀ ਸੰਗਤ ਤਦੇ ਤੁਹਾਨੂੰ ਮਿਲੇਗੀ ਜੇ ਤੁਹਾਡੇ ਅੰਦਰ ਸਤਿਗੁਰੂ ਹੈਗਾ, ਤਾਂ ਤਦ ਤੁਸੀਂ ਉਹਨਾਂ ਦੀ ਬੋਲੀ ਸਮਝੋਗੇ। ਨਹੀਂ ਤਾਂ ਜਿਹੜਾ ਮਨਮੁੱਖ ਹੈਗਾ ਉਹ ਉਹਨੂੰ ਮਾਇਆ ਦੀ ਬੋਲੀ ਸਮਝ ਆਉਂਦੀ ਸੀ, ਉਹਨੂੰ ਸਾਧੂਆਂ ਦੀ ਸਮਝ ਨਹੀਂ ਆਉਂਦੀ ਬੋਲੀ। ਅਤੇ ਅੱਜ ਕੱਲ੍ਹ ਜਿਹੜੇ ਹੈਗੇ ਸਾਧੂ, ਉਹਨਾਂ ਦੀ ਦੇਖ ਕੇ ਕੋਠੀਆਂ ਕਾਠੀਆਂ ਮਾੜੀਆਂ, ਉੱਥੇ ਜਾ ਕੇ ਬੜਾ ਸੋਹਣਾ ਟਿੱਕ ਕੇ ਬਹਿ ਜਾਂਦੇ ਨੇ ਵੀ ਹਾਂ ਉੱਥੇ ਖਾਣ ਪੀਣ ਨੂੰ ਚੰਗਾ ਹੈਗਾ, ਸਭ ਕੁਛ ਠੀਕ ਹੈਗਾ। ਅਤੇ ਉਹ ਸਾਧੂ ਨਹੀਂ ਹੁੰਦੇ, ਕਸਾਧ ਹੁੰਦੇ ਨੇ। ਹਰ ਹਰ ਕਾਜ ਰਚਾਇਆ, ਪੂਰੇ ਮਿਲ ਸੰਤ ਜਿਨ੍ਹਾਂ ਜਨ ਆਈ। ਉਹਨਾਂ ਸੰਤਾਂ ਦੇ ਨਾਲ ਫਿਰ ਤੁਸੀਂ ਜਨ ਆਉਂਦੀ, ਯਾਨੀ ਉਹ ਵੀ ਖੁਸ਼ ਹੁੰਦੇ ਨੇ ਵੀ ਤੁਸੀਂ ਵੀ ਖੁਸ਼ ਹੁੰਦੇ। ਇੱਕ ਦੂਜੇ ਨੂੰ ਜਦੋਂ ਗੱਲਾਂ ਕਰਦੇ ਹਾਂ ਉਦੋਂ ਤੁਸੀਂ ਖੁਸ਼ ਹੁੰਦੇ ਹਾਂ, ਜਿੱਦਾਂ ਜਨ ਜਨ ਦੇ 'ਚ ਖੁਸ਼ ਹੁੰਦੇ ਆਦਮੀ, ਇੱਦਾਂ ਹੁੰਦੇ ਨੇ।
ਜਨ ਨਾਨਕ ਹਰ ਵਰ ਪਾਇਆ। ਜਨ ਨਾਨਕ, ਜਨ ਹੈਗਾ ਵੀ ਹਰਜਨ, ਹਰਜਨ ਜਨ ਨਾਨਕ ਹਰ ਹਰ ਵਰ ਪਾਇਆ। ਜਦੋਂ ਉਹਨੇ ਹਰ ਦਾ ਵਰ ਪਾਇਆ, ਅਕਾਲ ਪੁਰਖ ਨਾਲ ਉਹਨੇ ਸ਼ਾਦੀ ਕੀਤੀ, ਸ਼ਾਦੀ ਇੱਕ ਮਿੱਕ ਹੋ ਗਿਆ ਅਕਾਲ ਪੁਰਖ ਨਾਲ, ਯਾਨੀ ਕਿ ਚੌਥਾ ਪਦ ਪਾ ਲਿਆ, ਪਾਇਆ ਪ੍ਰਭ ਅਵਿਨਾਸ਼ੀ ਵਰ ਪਾਇਆ। ਮੰਗਲ ਮਿਲ ਸੰਤ ਜਨਾ ਵਧਾਈ, ਫਿਰ ਮੰਗਲ ਪਾਇਆ ਉਹ ਖੁਸ਼ੀਆਂ ਦੇ, ਫਿਰ ਨਾ ਉਹ ਗੀਤ ਸੰਤਾਂ ਦੇ ਨਾਲ ਮਿਲ ਕੇ ਤੁਸੀਂ ਗਾਉਂਦੇ ਆ, ਅਤੇ ਉਹ ਵਧਾਈਆਂ ਤੁਹਾਨੂੰ ਵਧਾਈ ਦਿੰਦੇ ਵੀ ਵਾਹ ਵਾਹ ਕਿਆ ਕਹਿੰਦੇ, ਵੀ ਹੁਣ ਇੱਦਾਂ ਦੀ ਤੂੰ ਬਾਣੀ ਬੋਲਦਾ ਹੈਗਾ। ਜੇ ਜੇ ਵਿਆਖਿਆ ਕਰੋਗੇ ਇੱਕ ਦੂਏ ਨੂੰ, ਤਦ ਇੱਕ ਦੂਏ ਉਹ ਤੁਹਾਡੀ ਫਿਰ ਖੁਸ਼ੀ ਦੇ ਗੀਤ ਗਾਉਣਗੇ ਵੀ ਵਾਹ ਵਾਹ ਕਿਆ ਕਹਿੰਦੇ। ਅਤੇ ਇਹ ਹੈਗੀ ਇਹਦੀ ਵਿਆਖਿਆ। ਅਤੇ ਚੌਂ ਪਦਾਂ ਦੇ ਬਾਰੇ ਹੈਗਾ ਸਾਰਾ, ਹਉਮੈ ਮਨ ਬੁੱਧੀ ਦੇ ਚਿੱਤ। ਜਦੋਂ ਆਦਮੀ ਚਿੱਤ ਬਿਰਤੀ 'ਚ ਹੁੰਦਾ ਹੈਗਾ, ਉਦੋਂ ਜਿਹੜੀ ਆਪਣੀ ਅਕਲ ਨਹੀਂ ਆਦਮੀ ਦੀ ਕੰਮ ਦਿੰਦੀ। ਤਦੇ ਪਾਇਆ ਪ੍ਰਭ ਵਰ, ਜਦੋਂ ਉਹ ਮਿਲ ਜਾਏ ਨਾ ਅਕਾਲ ਪੁਰਖ ਦਾ ਵਰ, ਉਹ ਫਿਰ ਜੇ ਤੁਹਾਡੇ ਅੰਦਰ ਉਹਦੀ ਸ਼ਾਦੀ ਹੋ ਜਾਂਦੀ ਹੈਗੀ, ਫਿਰ ਤੁਹਾਡੀ ਜਿਹੜੀ ਆਪਣੀ ਸੋਚ, ਯਾਨੀ ਕਿ ਆਪਣੀ ਜਿਹੜੀ ਤੁਸੀਂ ਸੋਝੀ ਕੀਤੀ ਹੋਈ ਸੀ ਨਾ, ਪਹਿਲਾਂ ਸਿੱਖਿਆ ਸੀ ਫਲਾਨੇ ਨੇ ਆਹ ਕਿਹਾ, ਫਲਾਨੇ ਨੇ ਆਹ ਕਿਹਾ, ਉਹ ਕਿਹਾ, ਉਹ ਸਾਰੀਆਂ ਫਿਰ ਭੁੱਲ ਜਾਂਦੀਆਂ ਹੈਗੀਆਂ। ਅਤੇ ਉਹ ਅਕਾਲ ਪੁਰਖ ਆਪ ਹੀ ਫਿਰ ਤੁਹਾਨੂੰ ਬੁਲਾਉਂਦਾ ਹੈਗਾ, ਆਪ ਹੀ ਉਹ ਬੁਲਾ ਕੇ ਤੁਹਾਨੂੰ ਸਪੋਕਸਮੈਨ ਬਣਾਉਂਦਾ ਆਪਣਾ। ਅਤੇ ਇਸੇ ਕਰਕੇ ਲਿਆ ਉਹ ਬਾਣੀ ਚ ਆਉਂਦੀ ਹੈ ਨਾ, ਜਿਹੜਾ ਪਹਿਲੀ ਜਪਜੀ ਸਾਹਿਬ ਵਿੱਚ ਇਹ ਹੈਗੀ ਚਿੱਤ ਬਿਰਤੀ ਦੀ ਜਿਹੜੀਆਂ ਹੁੰਦੀਆਂ ਨਾ, ਉਸ ਵਿੱਚ ਕੀ ਹੁੰਦਾ ਹੈਗਾ, ਸਹਿਣ ਸਿਆਪਣ ਲੱਖ ਹੋਣ ਤਾਂ ਇੱਕ ਨਾ ਚੱਲੇ ਨਾਲ, ਇਹ ਚਿੱਤ ਬਿਰਤੀ ਦੇ ਬਾਰੇ ਦੁੱਖ ਹੈਗੀ। ਅਤੇ ਜਿਹੜੀ ਭੁੱਖਿਆ ਭੁੱਖ ਨਾ ਉਤਰੀ, ਜਿੰਬਰਨਾ ਪੂਰੀਆਂ ਪਾਰੇ, ਬੁੱਧੀ ਬਿਰਤੀ ਬਾਰੇ। ਅਤੇ ਜਿਹੜਾ ਹੈਗਾ ਚੁੱਪਿਆਂ ਚੁੱਪ ਨਾ ਹੋਈ, ਇਹ ਹੈਗੀ ਮਨ ਬਿਰਤੀ ਬਾਰੇ। ਸੋਚਿਆ ਸੋਚ ਨਾ ਹੋਈ, ਜੇ ਸੋਚੀ ਲਖਵਾ ਰਹੇਗੀ, ਹੋਮੇ ਬਿਰਤੀ ਬਾਰੇ। ਜਦੋਂ ਆਦਮੀ ਹੋਮੇ ਚ ਹੋਵੇ ਉਹ ਸੋਚ ਨਹੀਂ ਸਕਦਾ, ਇਹ ਹੈਗੀ ਇਹਦੀ ਵਿਆਖਿਆ। ਅਤੇ